ਬਾਬਾ ਜੀ ਦੇਖੋ ਉਹਨੇ ਕਰੋੜਾਂ ਰੁਪਈਏ ਨਾਲ ਲਾਣਾ ਇੱਥੇ ਤੇ ਇਹ ਕਰੋੜਾਂ ਪਹਿਲੋ ਲਾਇਆ ਤੇ ਬੰਦ ਟੁੱਟਣੀ ਨਹੀਂ ਸੀ ਗੱਲ ਸਿਸਟਮ ਇਦਾਂ ਦਾ ਤੇ ਬਾਬੇ ਠੇਕੇਦਾਰ ਆਇਆ 2 ਕਰੋੜ ਦਾ ਠੇਕਾ ਬੰਨ ਬੰਨਣ ਦਾ ਇੱਥੇ ਹੀ ਖੜੇ ਹੋ ਕਹਿੰਦਾ ਮੇਰਾ 150 ਬੰਦਾ ਕੰਮ ਕਰਦਾ ਗਿੱਦੜ ਪਿੰਡੀ ਵੀ ਪਿਆ ਮੜਿਆਲੇ ਪਿੰਡ ਵੀ ਪਿਆ ਜਾਣੀਆ ਚਾਲ ਪਿਆ ਜਿਹੜਾ ਪਿੱਛੇ ਪਿਆ ਜੀ ਫਲੋਰ ਦੇ ਲਾਗੇ ਗੰਨੇ ਪਿੰਡ ਦੇ ਲਾਗੇ ਮੋਲਾ ਪਿੰਡ ਉੱਥੇ ਪਿਆ ਜੀ ਕਿੰਨਾ ਕੁ ਸਮਾਨ ਤੁਹਾਡੇ ਕੋਲ ਪਹੁੰਚਿਆ ਅਜੇ ਤੱਕ ਜਿਹੜਾ ਬੰਨ ਬੰਨਣ ਵਾਸਤੇ ਬਾਬੇ ਇਹ ਤਾਂ ਪਿੰਡਾਂ 'ਚੋਂ ਸੰਗਤ ਲੈ ਕੇ ਆਉਂਦੀ ਆ ਜੀ ਪਿੰਡਾਂ 'ਚ ਹੀ ਆਉਂਦੇ ਨਾ ਇਕੱਠੇ ਹੋਣਾ ਜੀ ਆਪਣੀਆਂ ਹਾਂਜੀ 40-45 ਫੁੱਟ ਬਾਬੇ ਟੁੱਟ ਦੂੰਗਾ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਹੋਰੀ ਤਰਨ ਤਾਰਨ ਤੋਂ ਸਪੈਸ਼ਲ ਇਸ ਜਰਸਰ ਇਲਾਕਾ ਵੇਖਣ ਵਾਸਤੇ ਪੁੱਜੇ ਹੋਏ ਨੇ ਅਤੇ ਕੁਝ ਵੀਰ ਨੇ ਜਿਹੜੇ ਬੋਰੀਆਂ ਵਿੱਚ ਮਿੱਟੀ ਅਤੇ ਹੋਰ ਪੱਥਰ ਵਗੈਰਾ ਭਰ ਕੇ ਲਿਆ ਰਹੇ ਨੇ ਅਤੇ ਇਸ ਟਾਈਮ ਬੰਨ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੱਤ ਪਹਾੜ ਜਿਹੜੇ ਸਤਲੁਜ ਦਰਿਆ ਦੇ ਜਿਹੜੇ ਕੰਢੇ ਦੇ ਉੱਤੇ ਪੈ ਚੁੱਕੇ ਨੇ ਅਤੇ ਬਾਬਾ ਜੀ ਹੋਰੀ ਇੱਥੋਂ ਸਾਰਾ ਇਹ ਜਿਹੜਾ ਦੇਖਣ ਆਏ ਨੇ ਇਲਾਕਾ ਅਤੇ ਸੰਗਤਾਂ ਨੂੰ ਹੱਲਾਸ਼ੇਰੀ ਵੀ ਦੇ ਰਹੇ ਨੇ ਕਿ ਜਲਦੀ ਜਲਦੀ ਜਿਹੜਾ ਕੰਮ ਹੋ ਸਕੇ ਅਤੇ ਸਾਡੇ ਨਾਲ ਬਾਬਾ ਦਲਵੀਰ ਸਿੰਘ ਹੋਰੀ ਵੀ ਨੇ ਅਤੇ ਉਹਨਾਂ ਕੋਲ ਜਾਣਦੇ ਹਾਂ ਕਿਸ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਹੋਰ ਜਿਹੜੀਆਂ ਨਾਲ ਚਲਾਈਆਂ ਜਾ ਰਹੀਆਂ ਕਿ ਜਿਹੜੇ ਸੰਗਤ ਘਰਾਂ ਵਿੱਚ ਵੀ ਫਸੀ ਹੋਈ ਉਹਨਾਂ ਤੱਕ ਵੀ ਜਿਹੜੀ ਸਹਾਇਤਾ ਪਹੁੰਚ ਸਕੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਪਿੰਡਾਂ ਵਿੱਚੋਂ ਸੰਗਤਾਂ ਪੱਥਰ ਮਿੱਟੀ ਦੇ ਬੋਰੇ ਭਰ ਕੇ ਰੋੜੀ ਦੇ ਮਿਕਸ ਜਿਹੜੇ ਬੋਰੇ ਭਰ ਕੇ ਉਹ ਲੈ ਕੇ ਆ ਰਹੀ ਹੈ ਉਹਦੇ ਨਾਲ ਬੰਨ ਰੋਕਣ ਦੀ ਕੋਸ਼ਿਸ਼ ਕਰ ਰਹੇ ਹੈ ਜਿਹੜਾ ਸਿੱਧਾ ਬੰਨ ਹੈ ਉਹ ਘੱਟ ਤੋਂ ਘੱਟ ਵੀ 40-50 ਫੁੱਟ ਡੂੰਘਾ ਹੋ ਗਿਆ ਹੈ ਸਿੱਧਾ ਬੰਨ ਬਣਨਾ ਮੁਸ਼ਕਿਲ ਹੈ ਹੁਣ ਜਿਹੜੇ ਪਿੰਡਾਂ 'ਚ ਟਰਾਲੀ ਲੈ ਕੇ ਉਹ ਸੰਗਤਾਂ ਸੇਵਾ ਕਰ ਰਹੀਆਂ ਉਹ ਸਾਈਡ ਦੇ ਵਿੱਚੋਂ ਦੀ ਹੋ ਕੇ ਥੋੜ੍ਹਾ ਘੁਮਾ ਕੇ ਬੰਨ ਲਾਉਣਗੇ ਬੰਨ ਦੀ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਸਭ ਸੰਗਤਾਂ ਦੇ ਸਹਿਯੋਗ ਨਾਲ ਕੰਮ ਹੋ ਰਿਹਾ ਹੋਰ ਕੋਈ ਸਾਨੂੰ ਇੱਥੇ ਗੌਰਮੈਂਟ ਦਾ ਸਹਿਯੋਗ ਕੋਈ ਨਹੀਂ ਦਿਸ ਰਿਹਾ ਲੱਗ ਰਿਹਾ ਵੀ ਇੱਥੇ ਪਬਲਿਕ ਆ ਜਿਹੜੀ ਪਿੰਡਾਂ ਦੇ ਵਿੱਚ ਆ ਰਹੀ ਸੇਵਾ ਕਰ ਰਹੀ ਹੈ ਉਹ ਸੇਵਾ ਕਰ ਰਹੀ ਹੈ ਪਿੰਡਾਂ ਵਿੱਚੋਂ ਹੋਰ ਜਿਹੜੀ ਲੰਗਰ ਪਾਣੀ ਦੀ ਸੇਵਾ ਹੈ ਪਾਣੀ ਦੀ ਸੇਵਾ ਹੈ ਪੱਠਿਆਂ ਦੀ ਸੇਵਾ ਹੈ ਤੂੜੀ ਦੀ ਸੇਵਾ ਹੈ ਉਹ ਸਭ ਪਿੰਡਾਂ ਦੀਆਂ ਸੰਗਤਾਂ ਲਿਆ ਕੇ ਕਰ ਰਹੀਆਂ ਨੇ ਸੰਗਤਾਂ ਬਾਕੀ ਆਰਮੀ ਵਾਲੇ ਲੱਗੇ ਨੇ ਆਰਮੀ ਵਾਲੇ ਆਪਣੇ ਬੇੜੀਆਂ ਲੈ ਕੇ ਉਸ ਵਿੱਚ ਜਿਹੜੇ ਬੋਰੇ ਆ ਉਹ ਲੋਡ ਕਰਕੇ ਦੂਸਰੇ ਪਾਸੇ ਕੋਸ਼ਿਸ਼ ਕਰ ਰਹੇ ਲੈ ਕੇ ਜਾਣ ਦੀ ਦੂਸਰੇ ਬੰਨ੍ਹ ਦੂਸਰੇ ਪਾਸੇ ਉਹ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਬੰਨ੍ਹ ਬੰਨ੍ਹ ਦੀ ਕੋਸ਼ਿਸ਼ ਲੇਕਿਨ ਪਾਣੀ ਦਾ ਬਹਾਵ ਇੰਨਾ ਤੇਜ਼ ਹੈ ਕਿ ਦਰਿਆ ਨੇ ਆਪਣਾ ਰੁਖ ਹੀ ਇੱਧਰ ਬਦਲਿਆ ਹੈ ਪਾਣੀ ਬਹੁਤ ਜ਼ਿਆਦਾ ਪਾਣੀ ਆਪਣੇ ਖੇਤਾਂ ਵਿੱਚ ਆ ਰਿਹਾ ਹੈ ਮਜ਼ਦੂਰ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਨੇ ਕਿਸਾਨਾਂ ਕੋਈ ਪਿੰਡ ਛੱਡ ਕੇ ਆਪਣੇ ਘਰਾਂ ਛੱਡ ਕੇ ਕੋਈ ਰਿਸ਼ਤੇਦਾਰਾਂ ਕੋਲ ਲੈ ਗਏ ਮਾਲ ਡੰਗਰ ਆਪਣਾ ਉਹ ਸਭ ਇੱਥੋਂ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ ਨੇ ਹੁਣ ਸੰਗਤਾਂ ਮਹਾਂਪੁਰਸ਼ ਬਾਬਾ ਜੀ ਵੱਲੋਂ ਇੱਥੇ ਆਪਣੇ 4-5 ਤਰ੍ਹਾਂ ਲੈ ਕੇ ਆਏ ਨੇ ਜੋ ਰੋੜੀ ਬੱਜਰੀ ਮਿੱਟੀ ਰਲੀ ਮਿਲੀ ਹੈ ਜੋ ਉਹ ਭਰ ਕੇ ਲਏ ਨੇ ਤੋੜੇ ਉਹ ਇੱਥੇ ਲਾਉਣਗੇ ਬੰਨ ਬੰਨਣ ਵਾਸਤੇ ਹੋਰ ਵੀ ਦੂਸਰੀ ਜਗ੍ਹਾ ਵੀ ਇੱਕ ਬੰਨ ਟੁੱਟਾ ਹੈ ਉੱਥੇ ਪਿੰਡਾਂ ਦੇ ਸੰਗਤਾਂ ਨੇ ਬੇਨਤੀ ਕੀਤੀ ਹੈ ਬਾਬਾ ਜੀ ਨੂੰ ਕਿ ਉੱਥੇ ਇੱਕ ਪੁਲੀ ਟੁੱਟ ਗਈ ਹੈ ਰਸਤਾ ਨਹੀਂ ਬਾਹਰ ਜਾਣ ਵਾਸਤੇ ਉਹ ਵੀ ਪੁਲੀ ਉਹ ਰਸਤਾ ਬਣਾ ਰਹੇ ਨੇ ਇਹ ਬੋਰੀਆਂ ਭਰ ਭਰ ਕੇ ਸੁੱਟ ਰੱਖਣ ਦੀਆਂ ਬਹੁਤ ਜ਼ਿਆਦਾ ਹੀ ਪਾਣੀ ਆਇਆ ਮਤਲਬ 88 ਦੇ ਨਾਲ ਪਾਣੀ ਨਾਲ ਸੰਗਤਾਂ ਲੋਕਲ ਦੱਸ ਰਹੀਆਂ ਕਈ ਗੁਣਾ ਜ਼ਿਆਦਾ ਪਾਣੀ ਆਇਆ ਜੋ ਸਿਰਫ ਅਤੇ ਸਿਰਫ ਪੰਜਾਬ ਦਾ ਹੀ ਨੁਕਸਾਨ ਕਰ ਰਿਹਾ ਕਿਸਾਨੀ ਦਾ ਨੁਕਸਾਨ ਹੋ ਰਿਹਾ ਹੋਰ ਆਪਣੇ ਲੋਕਲ ਜਿਹੜੇ ਆਪਣੇ ਸ਼ਹਿਰਾਂ ਵਾਲੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੈ ਇਹਦੇ ਵਿੱਚ ਸਿਰਫ ਅਤੇ ਸਿਰਫ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਇਹ ਗੌਰਮੈਂਟ ਨੂੰ ਚਾਹੀਦਾ ਹੈ ਜੋ ਇੱਥੇ MLA ਬਣਦਾ MP ਬਣਦਾ ਹੈ ਉਹਨੂੰ ਚਾਹੀਦਾ ਐਕਸ਼ਨ ਲੈਣਾ ਇਸ ਵਾਸਤੇ ਬੰਨ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹ ਸਿਰਫ ਵੋਟਾਂ ਤੱਕ ਸੀਮਤ ਨੇ ਵੋਟਾਂ ਲੈ ਕੇ ਮਗਰੋਂ ਕੋਈ ਵੇਖ ਕੇ ਨਹੀਂ ਜਾਂਦਾ ਵੀ ਇੱਥੇ ਕੀ ਕਰਨ ਵਾਲਾ ਕੀ ਨਹੀਂ ਕਰਨ ਵਾਲਾ ਲੇਕਿਨ ਕੁਛ ਨਹੀਂ ਬੰਨ ਇੱਥੇ ਕਾਫੀ ਜਗ੍ਹਾ ਬੰਨ ਟੁੱਟੇ ਹਨ ਸਾਰੀ ਜਗ੍ਹਾ ਇਹੋ ਹਾਲਤ ਹੋ ਰਹੀ ਹੈ ਕਿ ਲੋਕਾਂ ਵਾਸਤੇ ਬੜੀ ਮੁਸੀਬਤ ਹੋ ਰਹੀ ਹੈ
ਇਹ ਕਾਰ ਸੇਵਾ ਵਾਲਿਆਂ ਮਹਾਂਪੁਰਸ਼ਾਂ ਦਾ ਸਾਰਿਆਂ ਦਾ ਬੜਾ ਸਹਿਯੋਗ ਹੈ, ਸੇਵਾ ਕਰ ਰਹੇ ਨੇ ਇੱਥੇ ਆਪਣੀ ਲੋਕਲ ਸੇਵਾ, ਜਦੋਂ ਸੰਘ ਦੀ ਸੇਵਾ ਕਰ ਰਹੇ ਨੇ, ਬੰਨ ਬੰਨਣ ਦੀ ਸੇਵਾ ਕਰ ਰਹੇ ਨੇ, ਰਾਸ਼ਨ ਦੀ ਸੇਵਾ ਕਰ ਰਹੇ ਨੇ, ਜਲ ਪਾਣੀ ਦੀ ਸੇਵਾ ਕਰ ਰਹੇ ਨੇ, ਹੋਰ ਸੁੱਕਾ ਰਾਸ਼ਨ ਵੀ ਲਿਆ ਕੇ ਦੇ ਰਹੇ ਨੇ। ਅਤੇ ਬਸ ਇੰਨਾ ਹੀ ਕਹਿੰਦਾ, ਮਾਫ਼ੀ ਮੰਗਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪੇਟ ਜ਼ਿਆਦਾ ਖਰਾਬ ਹੋਇਆ ਤੇ ਆਹ ਪੇਟ ਦੇ ਵਿੱਚ ਪਾਣੀ ਬੈਲੈਂਸ ਕਰਨ ਵਾਸਤੇ ਆਹ ਵਿੱਚ ਪਾ ਕੇ 100 ml ਪਾਣੀ ਦੇ ਵਿੱਚ ਪਾ ਕੇ ਥੋੜੇ 2-3 ਚਮਚੇ ਤੇ ਪੀ ਲੈਣਾ। ਠੀਕ ਹੈ, ਬੜੀ ਮੁਸ਼ਕਿਲ ਆਹੀ, ਬੜੀ ਮੁਸ਼ਕਿਲ ਨਿਕਲਿਆ ਜੇ ਪਾਣੀ ਐਡੇ ਖੜੇ ਆ, ਬਹੁਤ ਮੰਦ ਆ। ਤੇ ਖਾਣ ਪੀਣ ਵਾਸਤੇ ਵਸਤੂਆਂ ਸਾਰੀਆਂ ਪਹੁੰਚ ਰਹੀਆਂ ਜੀ, ਕੋਈ ਮਾੜੀਆਂ ਬੜੀ ਪਹੁੰਚ ਗਈਆਂ ਨੇ, ਕੋਈ ਇਧੂ ਆਇਆ ਲੰਘ ਜਾਂਦੇ, ਕੋਈ ਇਧੂ ਆਇਆ ਤੇ ਸਾਨੂੰ ਬੰਦੇ ਤੇ ਲੈ ਲੈਂਦੇ ਆ, ਤੇ ਅਸੀਂ ਤੇ ਇੱਥੇ ਹੀ ਖੜੀਆਂ ਰਹੀ, ਤਾਜ਼ਾ ਹੁਣ ਰੱਥੀਆਂ ਤੇ ਉਹਨਾਂ ਕੋਲ ਲਿਆ ਇੰਨਾ ਇੰਨਾ ਸਮਾਨ। ਹੋਰ ਕੀ ਇਹ ਚੀਜ਼ ਦੀ ਲੋੜ ਆ ਦੱਸੋ, ਅਸੀਂ ਭੇਜਾਂਗੇ। ਕੋਈ ਨਹੀਂ, ਹੁਣ ਉਹਦੇ ਸਿਰ ਤੇ ਆ, ਪੈਣਾ ਭਰਾਵਾਂ ਦੇ ਸਿਰ ਤੇ ਆ, ਅਸੀਂ ਤਾਂ ਹੁਣ ਜਿਉਂ ਕਿਉਂ ਜੋ ਵੀ ਸਮਾਨ ਬੱਚੇ ਮਸਾਂ ਕੱਢੇ ਨੇ, ਉਹਦਾ ਬਹੁਤ ਮੁਸ਼ਕਲ। ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਹਾਂ ਜੀ, ਜਿਹੜੀ ਚੀਜ਼ ਦੀ ਲੋੜ ਆ ਤੁਸੀਂ ਸਾਨੂੰ ਦੱਸੋ। ਵੀ ਜਿਹੜੀ ਸਾਡੀ ਸਰਕਾਰ ਹੈ, ਇਹਨੇ ਨਾ 20 ਸਾਲ ਤੋਂ ਸਾਡੇ ਬੰਨ ਨਾਲ, ਤੁਸੀਂ ਬੰਨ ਨਾਲ ਕੋਈ ਖਿਆਲ ਨਹੀਂ ਦਿੱਤਾ, ਨਾ ਮਿੱਟੀ ਪਾਈ, ਨਾ ਕੋਤੇ ਪੱਕੀ ਸੜਕ ਬਣਾਈ। ਤੁਸੀਂ ਵੇਖੋ ਤੇ ਕੰਧ ਦੀ ਤਰ੍ਹਾਂ ਬਿਲਕੁਲ, ਮਤਲਬ ਨਾਜ਼ੁਕ ਜਿਹੜਾ ਸੀ ਨਾ ਤੁਸੀਂ ਬੰਨ, ਨਾਜ਼ੁਕ ਹੋ ਚੁੱਕਾ ਸੀ, ਤੇ ਸਰਕਾਰ ਨੇ ਕੋਈ ਧਿਆਨ ਨਹੀਂ ਅੱਜ ਤੱਕ ਦਿੱਤਾ, ਜਿਹਦੀ ਵਜ੍ਹਾ ਨਾਲ ਸਾਡਾ ਏਰੀਆ 100 ਪਿੰਡ ਕੇ 85 ਪਿੰਡ ਆ, ਜਿਨ੍ਹਾਂ ਨੂੰ ਬਹੁਤ ਬੁਰੀ ਤਰ੍ਹਾਂ ਕੁਚਲਿਆ ਪਾਣੀ ਨੇ। ਅਤੇ ਜਦਕਿ ਸਾਡੇ ਪੈਰ, ਮੇਰਾ ਖਿਆਲ ਹੋ ਸਕਦਾ 10 ਸਾਲ ਵੀ ਨਾ ਲੱਗਣ ਅੱਜ ਤੋਂ, ਮਤਲਬ ਜਿਹੜਾ ਸਾਡੇ ਨਾਲ ਨੁਕਸਾਨ ਹੋਇਆ ਨਾ ਸਾਡਾ, ਇੱਕ ਸਿਰਫ ਆ ਜਿਹੜੇ ਪੱਕੇ ਮਕਾਨ ਬਚਿਆ, ਸਾਡਾ ਕੱਖ ਨਹੀਂ ਬਚਿਆ, ਮੱਝਾਂ ਰੁੜ ਗਈਆਂ, ਡੰਗਰ ਰੁੜ ਗਿਆ, ਫਸਲ ਤਾਂ ਰਹਿਣਾ ਹੀ ਕੀ ਸੀ ਇੱਥੇ। ਅਤੇ ਸਰਕਾਰ ਨੂੰ ਨਾ ਸਭ ਤੋਂ ਪਹਿਲਾਂ ਜਿਹੜੀ ਆ ਬੰਨ, ਤੁਸੀਂ ਬੰਨ ਨਾਲ ਖਿਆਲ ਦੇਣਾ ਚਾਹੀਦਾ, ਬਾਕੀ ਕੰਮ ਬਾਅਦ ਦੇ ਵਿੱਚ, ਜੇ ਜਨਤਾ ਨੂੰ ਬਚਾਉਣਾ ਆ ਤਾਂ। 5-6 ਦਿਨ ਹੋ ਗਿਆ ਅੱਜ ਪਾਣੀ ਨੂੰ, ਇਹਨਾਂ ਅਫਸਰਸ਼ਾਹੀ ਦੀਆਂ ਮੀਟਿੰਗਾਂ ਚੱਲ ਰਹੀਆਂ, ਲੋਕ ਮਰ ਰਹੇ ਨੇ, ਕੋਈ ਖਿਆਲ ਨਹੀਂ ਇੱਧਰ। ਹੁਣ ਤੁਸੀਂ ਕਿੰਨੇ ਜਾਣੇ ਇੱਥੇ ਘਰ ਵਿੱਚ? ਅਸੀਂ ਘਰ ਦੇ ਵਿੱਚ ਨਾ ਮੇਰਾ ਪਰਿਵਾਰ ਸਾਰਾ, ਮੇਰੀ ਫੈਮਿਲੀ ਆ ਨਾ ਜਿਹੜੀ, ਅਸੀਂ 6 ਜੀ ਆ, ਜਿਹੜੇ 5 ਜੀ ਆ ਮੇਰੇ ਮਤਲਬ ਕੱਢ ਦਿੱਤੇ ਗਏ ਆ ਜਲੰਧਰ ਨੂੰ, ਮੈਂ ਇਕੱਲਾ ਹੀ ਇੱਥੇ ਰਹਿ ਰਿਹਾ, ਮੇਰੇ ਕੋਲ 10 ਡੰਗਰ ਸੀ, 3-4 ਡੰਗਰ ਬਚੇ ਨੇ ਅਤੇ ਬਾਕੀ ਰੁੜ ਗਿਆ, ਉਹ ਮੈਂ ਤੁਸੀਂ ਉਹ। ਹੁਣ ਸੰਗਤ ਟੀਵੀ ਦੀ ਜਿਹੜੀ ਟੀਮ ਆ ਤੁਹਾਡੇ ਕੋਲ ਪਹੁੰਚੀ ਆ, ਵੀ ਤੁਹਾਡੀ ਸਿਹਤ ਦਾ ਹਾਲ ਜਾਣਨ ਵਾਸਤੇ, ਕੋਈ ਸਿਹਤ ਪੱਖੋਂ ਤੁਹਾਨੂੰ ਬਹੁਤ ਬਹੁਤ ਧੰਨਵਾਦ। ਦੇਖੋ ਜੀ ਭਾਈ, ਸਭ ਤੋਂ ਪਹਿਲਾਂ DC ਸਾਹਿਬ ਆਏ, ਨਾਲ ਲਾਡੀ ਸਾਹਿਬ ਆਏ, ਅਸੀਂ ਉਹਨਾਂ ਨੂੰ ਇਹੀ ਆਪਣੀ ਸਮੱਸਿਆ ਦੱਸੀ, ਸਭ ਤੋਂ ਪਹਿਲਾਂ ਡਾਕਟਰੀ ਅਰੇਂਜਮੈਂਟ ਇਹ ਜ਼ਰੂਰੀ ਆ, ਬਾਕੀ ਦੇਖੋ ਕੱਲ੍ਹ ਨੂੰ ਨੈੱਟ ਦੱਸੀ ਜਾ ਰਿਹਾ ਵੀ ਮੀਂਹ ਪੈ ਜਾਣਾ, ਅਤੇ ਸਾਡੇ ਸਮਾਨ ਉੱਤੇ ਪੈਣਾ, ਕੋਈ ਤਰਪਾਲ ਨਹੀਂ ਸਾਡੇ ਤੱਕ ਪਹੁੰਚੀ, ਜਾਂ ਵੇੜਿਆਂ ਰਾਹੀਂ ਜਾਂ ਕਿੱਦਾਂ, ਇੱਕ ਇੱਕ ਘਰ ਨੂੰ ਤਰਪਾਲ ਦਿੱਤੀ ਜਾਵੇ, ਜਦ ਅਸੀਂ ਵਿੱਚ ਲੁਕ ਤਾਂ ਜਾਵਾਂਗੇ, ਸਿਰ 'ਤੇ ਆਪਣਾ ਲਗਾ ਲਵਾਂਗੇ। ਜੇ ਅਸੀਂ ਕੋਸ਼ਿਸ਼ ਕਰਾਂਗੇ ਹੁਣ ਤੁਹਾਡੇ ਤੱਕ ਤਰਪਾਲਾਂ ਵੀ ਜ਼ਰੂਰ ਪਹੁੰਚਾਵਾਂਗੇ। ਇਸ ਟਾਈਮ ਤੁਸੀਂ ਦੱਸੋ ਤੁਹਾਨੂੰ ਕੋਈ ਦਵਾਈ ਦਵੂਈ ਦੀ ਜਿਹੜੀ ਲੋੜ ਆ? ਆਹ ਰੇਸ਼ਾ ਆਉਣ ਦੇ ਨਾਲ, ਐਲਰਜੀ ਹੋਣ ਦੇ ਨਾਲ ਰੇਸ਼ਾ ਹੋ ਗਿਆ, ਨੱਕ 'ਚੋਂ ਪਾਣੀ ਵਗਿਆ, ਬੁਖਾਰ ਚੜ ਗਿਆ ਮੈਨੂੰ, ਠੰਡ ਪਹਿਲਾਂ ਲੱਗਦੀ ਸੀ, ਕੱਲ੍ਹ ਟੀਕਾ ਟੂਕਾ ਲਵਾਇਆ। ਇਹ ਗੋਲੀ ਖਾਣੀ ਹੈ ਇੱਕ? ਅੱਛਾ ਜੀ। ਸਵੇਰੇ ਸ਼ਾਮ ਖਾਣੀ ਹੈ ਦਿਹਾੜੀ ਦੀ? ਅੱਛਾ, ਠੀਕ ਹੈ, ਆਹ ਇੱਕ ਖਾਣੀ ਹੈ ਦਿਹਾੜੀ ਦੀ? ਅੱਛਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅਸੀਂ ਜਿਹੜੀਆਂ ਵੀ ਬੇਸਿਕ ਦਵਾਈਆਂ ਦੀ ਲੋੜ ਹੁੰਦੀ ਹੈ ਇਹੋ ਜਿਹੇ ਡਿਸਾਸਟਰ ਦੇ ਮੌਕੇ ਦੇ ਵਿੱਚ, ਜਿਵੇਂ ਫਲੱਡ ਇਸ ਟਾਈਮ ਆਇਆ ਹੈ, ਇਨਫੈਕਸ਼ਨ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ ਲੋਕਾਂ ਨੂੰ, ਖਾਰਿਸ਼ ਵਗੈਰਾ ਦੀ, ਜਾਂ ਬੇਸਿਕ ਅੱਜ ਕੱਲ੍ਹ ਹਰੇਕ ਬੰਦਾ ਸ਼ੂਗਰ ਅਤੇ ਡਾਇਬਟੀਜ਼
ਅਤੇ ਨਾਲ ਬੀ ਪੀ ਦਾ ਮਰੀਜ਼ ਹੈਗਾ, ਉਹਦੇ ਬੇਸਿਕ ਜਿੰਨੀ ਵੀ ਕੇਅਰ ਹੋ ਸਕਦੀ ਆ ਅਸੀਂ ਆਪਣੇ ਕੈਰੀ ਕਰਕੇ ਲਏ ਹਾਂ ਬਾਬਾ ਜੀ ਦੇ ਸਹਿਯੋਗ ਨਾਲ। ਅਸੀਂ ਜਿਵੇਂ ਕਿ ਤੁਸੀਂ ਦੱਸਿਆ ਗੁਰੂ ਨਾਨਕ ਦੇਵ ਹੋਸਪਿਟਲ ਤਰਨ ਤਾਰਨ ਤੋਂ ਇੱਥੇ ਪਹੁੰਚੇ ਹਾਂ ਆਪਣੀ ਟੀਮ ਦੇ ਨਾਲ ਅਤੇ ਆਰਮੀ ਦੇ ਸਹਿਯੋਗ ਨਾਲ ਅਤੇ ਲੋਕਾਂ ਦੇ ਲੋਕਲ ਸਹਿਯੋਗ ਨਾਲ ਅਸੀਂ ਘਰ ਲੋਕਾਂ ਨੂੰ ਪਹੁੰਚਦਾ ਕਰਦੇ ਪਏ ਹਾਂ। ਮੈਡੀਸਨ ਜੋ ਸਾਡੇ ਕੋਲੋਂ ਕੀਤਾ ਜਾ ਸਕਦਾ ਅਸੀਂ ਪੂਰੀ ਮਿਹਨਤ ਕਰਦੇ ਪਏ ਹਾਂ ਜੀ।